ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੀਆਂ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨੇ ਕਿ ਅਮੈਰੀਕਾ ਦੀ ਆਰਮੀ ਵਿੱਚ ਸਿੱਖ ਰੈਜੀਮੈਂਟ ਹੈ, ਕੈਨੇਡਾ ਦੀ ਆਰਮੀ ਵਿੱਚ ਸਿੱਖ ਪਲਟਨ ਹੈ, ਇੰਗਲੈਂਡ ਦੀ ਆਰਮੀ ਵਿੱਚ ਸਿੱਖ ਪਲਟਨ ਹੈ, ਆਸਟ੍ਰੇਲੀਆ ਵਾਲਿਆਂ ਨੇ ਵੀ ਬਣਾ ਦਿੱਤੀ, ਨਿਊਜ਼ੀਲੈਂਡ, ਯੂਰਪ, ਸਾਰੇ ਮੁਲਕਾਂ ਦੀਆਂ ਸਰਹੱਦਾਂ 'ਤੇ ਪੰਜਾਬੀ ਔਰ ਸਿੱਖ ਆਰਮੀ ਹੈ। ਫੌਜ ਦੇ ਵਿੱਚ ਵਰਲਡ ਲੈਵਲ 'ਤੇ ਸਾਰੇ ਮੁਲਕਾਂ ਦੀ ਫੌਜ ਵਿੱਚ ਸਿੱਖ ਜ਼ਰੂਰ ਭਰਤੀ ਹੁੰਦੇ ਨੇ ਪੰਜਾਬੀ। ਮੈਂ ਕਈ ਵਾਰੀ ਸੋਚਦਾ ਵੀ ਇਹ ਸਰਹੱਦਾਂ 'ਤੇ ਗੋਲੀਆਂ ਖਾਣ ਦਾ ਠੇਕਾ, ਸਾਰੀ ਦੁਨੀਆਂ 'ਤੇ ਲੜਨ ਦਾ ਠੇਕਾ ਅਸੀਂ ਉਹ ਲਿਆ ਹੋਇਆ, ਪਰ ਜਦੋਂ ਡੰਘਾਈ ਵਿੱਚ ਇਹ ਗੱਲ ਸੋਚਦੇ ਹਾਂ ਨਾ, ਇਹਦੇ ਪਿੱਛੇ ਕਾਰਨ ਹੈ ਇੱਕ, ਜਿਹੜੇ ਬਾਪੂ ਦਾ ਅਸੀਂ 550 ਸਾਲਾ ਮਨਾ ਰਹੇ ਹਾਂ ਨਾ, ਇਹ ਉਸ ਬਾਪੂ ਨੇ ਵੀ ਬੀਜਿਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। 239 ਸਾਲ ਇਹ ਮਰਨ ਮਿਟਣ ਵਾਲਾ ਮਨੁੱਖ ਤਿਆਰ ਕਰਨ 'ਤੇ ਲਾਗੇ, 1699 ਨੂੰ ਸਟੈਂਪ ਲਾ ਤੀ 5 ਕਕਾਰਾਂ ਦੀ ਦਸਵੇਂ ਬਾਪੂ ਨੇ, ਕਿ ਅੱਜ ਸਾਰੀ ਦੁਨੀਆਂ 'ਤੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਪੰਜਾਬੀ ਜਿੱਥੇ ਵੀ ਨੇ ਆਰਮੀ 'ਚ ਭਰਤੀ ਨੇ, ਸਰਹੱਦਾਂ 'ਤੇ ਲੜ ਰਹੇ ਨੇ, ਇਹ ਕਾਰਨ ਹੈ ਇਹਦੇ ਪਿੱਛੇ, ਇਹ ਬੀਜ ਗੁਰੂਆਂ ਨੇ ਬੀਜਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।